ਤੁਹਾਡੇ ਘਰੀ ਫਿਰ ਸਵਾਗਤ ਆ ਬੀਂਗ ਗ੍ਰੈਂਡ ਦੇ ਘੈਂਟ ਜੇ ਲੋ ਦੇ ਬਈ ਯਾਰ ਸੌਰੀ ਬਹੁਤ ਦਿਨਾਂ ਤੋਂ ਵਲੌਗ ਨਹੀਂ ਆ ਰਹੇ ਸੀਗੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਉਂਦੇ ਤੇ ਮੈਸੇਜ ਵੀ ਆਉਂਦੇ ਆ ਇੱਥੋਂ ਤੱਕ ਕਿ ਇੰਸਟਾਗ੍ਰਾਮ ਤੇ ਵੀ ਮੈਸੇਜ ਆਉਣ ਲੱਗ ਜਾਂਦੇ ਆ ਕਮੈਂਟ ਵਲੌਗਰ ਦਾ ਕੰਮ ਕੀ ਹੁੰਦਾ ਡੇਲੀ ਕੰਟੈਂਟ ਪਾਉਣਾ ਵੀ ਤੂੰ ਪਾਇਆ ਕਰ ਬਾਈ ਹੁਣ ਅੱਗੇ ਤੋਂ ਆਪਾਂ ਟਰਾਈ ਕਰਿਆ ਕਰਾਂਗੇ ਪ੍ਰੋਪਰ ਆਇਆ ਕਰੇ ਵੀਡੀਓਜ਼ ਪਟਾਕੇ ਆਪਣੇ ਕੋਲ ਰਹਿ ਗਿਆ ਸਾਰੇ ਇਹ ਤੇ ਇਹਦੇ ਵਿੱਚ ਬਹੁਤ ਥੋੜੇ ਪਟਾਕੇ ਨੇ ਤੇ ਅੱਜ ਆਪਾਂ ਲੈਣ ਜਾਣਾ ਬਸ ਯਾਰ ਦੋਸਤ ਆ ਨਹੀਂ ਰਹੇ ਜਦੋਂ ਹੀ ਆਉਂਦੇ ਆਪਾਂ ਨਾਲ ਦੀ ਨਾਲ ਲੈਣ ਚੱਲਦੇ ਆ ਪਟਾਕੇ ਕਿਉਂਕਿ ਆਜ ਤੋਂ ਬਾਅਦ ਜੀਆਂ ਖਤਮ ਨਹੀਂ ਆ ਸਮਝ ਥੋੜੀਆਂ ਬਹੁਤੀਆਂ ਹੈਗੀਆਂ ਨੇ ਤੇ ਗੋਲੇ ਬੰਬ ਜਿਹੜੇ ਵੱਡੇ ਬੰਬ ਹੁੰਦੇ ਆ ਉਹ ਖਤਮ ਹੋ ਚੁੱਕੇ ਆ ਉਹ ਵੀ ਆਪਾਂ ਜਾ ਕੇ ਲੈ ਕੇ ਆਉਣੇ ਆ ਹੁਣ ਤਾਂ ਕਰਕੇ ਕੰਮ ਬਹੁਤ ਨੇ ਪਹਿਲਾਂ ਮੈਂ ਸੋਚਿਆ ਘਰੇ ਧੋ ਦੇਵਾਂ ਪਰ ਗੰਦ ਬਹੁਤ ਜ਼ਿਆਦਾ ਪੈਣਾ ਗੱਡੀ ਬਾਹਲੀ ਜ਼ਿਆਦਾ ਗੰਦੀ ਹੋਈ ਪਈ ਹੈ ਯਾਰ ਦੇਖਿਓ ਹਾਏ ਹਾਏ ਆ ਥੂ ਇਹ ਚਲੋ ਫਿਰ ਵੀ ਠੀਕ ਆ ਜਿੱਥੇ ਬਹਿਣਾ ਵਾ ਉਹ ਚੀਜ਼ ਦੇਖੋ ਇਹਨੂੰ ਧਵਾਉਣ ਚੱਲਦੇ ਆ ਪਹਿਲਾਂ ਮੈਂ ਸੋਚਿਆ ਆਪ ਹੀ ਵੈਕਿਊਮ ਕਰ ਦਿੰਦਾ ਫਿਰ ਮੈਂ ਸੋਚਿਆ ਵੀ ਯਾਰ ਜਿੱਥੇ 200 ਰੁਪਏ ਲਾਉਣਾ ਜਾਂ 60 ਰੁਪਏ ਹੋਰ ਦੇ ਕੇ ਵੈਕਿਊਮ ਵੀ ਉੱਥੇ ਹੀ ਕਰਵਾ ਲਾਂਗੇ ਤਾਂ ਆਪਾਂ ਚੱਲਦੇ ਹਾਂ ਕਿਉਂਕਿ ਅੱਜ ਆਪਾਂ ਪਟਾਕੇ ਵੀ ਬਹੁਤ ਸਾਰੇ ਚਲਾਉਣੇ ਆ ਅਤੇ ਇੱਕ ਹੋਰ ਖੁਸ਼ਖਬਰੀ ਆ ਅੱਜ ਯਾਰ ਰੈਡਬੁੱਲ ਪੀਏ ਬਹੁਤ ਦਿਨਾਂ ਬਾਅਦ ਪੀਣ ਲੱਗਾ ਮੈਂ ਭੁੱਲ ਗਿਆ ਸੀ ਮੇਰੇ ਕੋਲ ਇੰਨੀਆਂ ਰੈਡਬੁੱਲਾਂ ਪਈਆਂ ਨੇ ਅਤੇ ਯਾਰ ਮੈਨੂੰ ਭੁੱਲ ਗਿਆ ਸੀ ਮੇਰੇ ਕੋਲ ਰੈਡਬੁੱਲਾਂ ਵੀ ਪਈਆਂ ਹੋਈਆਂ ਨੇ ਬਹੁਤ ਟਾਈਮ ਦੀਆਂ ਤਾਂ ਮੈਂ ਅੱਜ ਪੀਣ ਲੱਗਾ ਇਹਨੂੰ ਬਹੁਤ ਟਾਈਮ ਬਾਅਦ ਕਦੇ ਡੇਟ ਤਾਂ ਨਹੀਂ ਲੰਘ ਗਈ ਇਹਦੀ ਅਤੇ ਜਿਮ ਵੀ ਮੇਰੀ ਰੈਗੂਲਰ ਹੋ ਚੁੱਕੀ ਆ ਚਲੋ ਯਾਰ ਹੁਣ ਮੈਂ ਤੁਹਾਨੂੰ ਦੱਸਦੀ ਹੁਣ ਸਾਲੀ ਮੇਰੀ ਕਿਤੇ ਹੁਣ ਖਰਾਬ ਨਾ ਹੋ ਜਾਵੇ ਰੂਟੀਨ ਇੱਦਾਂ ਹੀ ਹੁੰਦਾ ਜਦੋਂ ਮੈਂ ਦੱਸ ਦਿੰਦਾ ਨਾ ਉਹ ਖਰਾਬ ਹੋਣ ਲੱਗ ਜਾਂਦੀ ਆ ਪਰ ਹੁਣ ਕੋਈ ਬਹਾਨਾ ਨਹੀਂ ਕਿਉਂਕਿ 2 ਮਹੀਨੇ ਬਾਅਦ ਫੰਕਸ਼ਨ ਆਉਣ ਵਾਲਾ ਇੱਕ ਹੋਰ ਗੱਲ ਸੁਣ ਲਓ ਜਿਹੜਾ ਬੁਲਟ ਆ ਉਹ ਰਫਤਾਰ ਲੈ ਕੇ ਗਿਆ ਹੋਇਆ ਜਿਹੜਾ ਆਪਣਾ ਦੂਜਾ ਮੋਟਰਸਾਈਕਲ ਹੈ ਨਾ ਮੋਡੀਫਾਈ ਜਿਹੜਾ ਆਪਾਂ ਕਰਵਾਇਆ ਹੋਇਆ ਅਤੇ ਉਹ ਕੈਰੀ ਲੈ ਗਿਆ ਵਾਹ ਮੈਨੂੰ ਸਮਝ ਮੈਂ ਕੈਰੀ ਨੂੰ ਫੋਨ ਲਾਈ ਜਾਂਦਾ ਵੀ ਆ ਜਾ ਉਹ ਮੈਂ ਆ ਗਿਆ ਅੱਧੇ ਘੰਟੇ ਦਾ ਅਸੀਂ ਕਹੀ ਜਾਂਦਾ ਬਸ ਕਹਿੰਦਾ ਯਾਰ ਮੈਂ ਤਾਂ ਚੱਲੇ ਹਾਂ ਕਿਤੇ ਘਰਦਿਆਂ ਨਾਲ ਮੈਂ ਕਿਹਾ ਚੱਲ ਕੋਈ ਨਹੀਂ ਮੈਨੂੰ ਅਸੀਂ ਮੋਟਰਸਾਈਕਲ ਵੀ ਆ ਜਾਵੇ ਅੱਜ ਉਹਨਾਂ 'ਤੇ ਵੀ ਗੇੜੇ ਕੱਢੀਏ ਉਹਦਾ ਸਲੰਸਰ ਨਾ ਅੱਗ ਕੱਢਦਾ ਮੈਨੂੰ ਆਇਆ ਵੀ ਉਹਦੇ ਵਿੱਚ ਆਸ਼ਤਬਾਜ਼ੀ ਪਾ ਕੇ ਨਾ ਚਲਾ ਕੇ ਦੇਖੇ ਵੀ ਅੱਗ ਲੱਗਦੀ ਹੈ ਕਿ ਨਹੀਂ ਆਸ਼ਤਬਾਜ਼ੀ ਨੂੰ ਮੈਂ ਤਾਂ ਆਹ ਕੁਛ ਕਰਨ ਨੂੰ ਫਿਰਦਾ ਜੀ ਉਹ ਆਇਆ ਹੀ ਨਹੀਂ ਅੱਜ ਚਲੋ ਆਉਂਦਾ ਉਹ ਆਉਂਦੇ ਹੋਏ ਲੈ ਕੇ ਆਊਗਾ ਮੋਟਰਸਾਈਕਲ ਨੂੰ ਫਿਰ ਆਪਾਂ ਉਹਦੇ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾਉਂਦੇ ਨਵੇਂ ਨਵੇਂ ਕੰਡੀਸ਼ਨ ਦੇਖੋ ਹੁਣ ਗੱਡੀ ਦੀ ਇੱਕ ਵਾਰੀ ਕੇ ਕੂਕ ਪਤਾ ਨਹੀਂ ਕੀ ਕੁਛ ਕੀਤਾ ਪਿਆ ਹੋਏ ਇੱਥੇ ਗੱਡੀ ਦੇ ਬਾਈ ਅੱਜ ਨਾ ਮਤਲਬ ਸਰਕਮਸਟਾਂਸਿਸ ਹੈ ਨਹੀਂ ਗੇ ਧੋਤੇ ਜਾਣ ਦੇ ਕਿਉਂਕਿ ਦੇਖੋ ਸਰਕਮਸਟਾਂਸਿਸ ਹੁੰਦੇ ਪਤਾ ਨਹੀਂ ਕੀ ਹੁੰਦੇ ਆ ਦੇਖੋ ਆ ਹਰ ਸਮਾਨ ਸਮੂਨ ਕੱਢਿਆ ਹੋਇਆ ਇੱਥੇ ਰੱਖਿਆ ਅਤੇ ਹੁਣ ਲਾਈਟ ਚਲੀ ਗਈ ਹੁਣ ਲਾਈਟ ਆਊਗੀ ਫਿਰ ਹੀ ਵੈਕਿਊਮ ਹੋਊ ਫਿਰ ਹੀ ਉਹ ਮੋਟਰ ਜੀ ਚੱਲੂਗੀ ਇਹਨਾਂ ਦੀ ਮੱਛੀ ਮੋਟਰ ਜੀ ਹੁਣ ਮੈਂ ਘਰੇ ਪਹੁੰਚ ਗਿਆ ਸੀਗਾ ਅਤੇ ਹੁਣੇ ਫੋਨ ਆ ਗਿਆ ਬਾਈ ਦਾ ਕਹਿੰਦਾ ਬਾਈ ਤੂੰ ਨਿਕਲਿਆ ਨਾਲ ਹੀ ਲਾਈਟ ਆ ਗਈ ਹੁਣ ਮੈਂ ਫਿਰ ਚੱਲਿਆ ਉੱਥੇ ਦੁਬਾਰਾ ਦੱਸੋ ਯਾਰ ਉਹ ਲਵਾ ਕੇ ਗੱਡੀ ਵਧੀਆ ਲੱਗਦੀ ਹੈ ਜਾਂ ਫਿਰ ਨਹੀਂ ਸਿੱਧੂ ਮੂਸੇ ਆ ਲੈ ਬਾਈ ਹੁਣ ਆਇਆ ਬੂਟਰ ਦੇਖੋ ਪਹਿਲਾਂ ਫੋਨ ਲਾਈ ਜਾਂਦਾ ਸੀ ਪਹਿਲਾਂ ਆਇਆ ਨਹੀਂ ਪਹਿਲਾਂ ਕਿਤੇ ਗਿਆ ਹੋਇਆ ਗੱਡੀ ਪਤਾ ਕਿਉਂ ਧਵਾ ਰਿਹਾ ਤੂੰ ਫਿਰ ਘੁੰਮਣਾ ਫਿਰਨਾ ਵੀ ਆਪਾਂ ਜੇ ਤੂੰ ਆਦੇ ਇਨ ਫਿਊਚਰ ਤੇ ਜੇ ਦੂਜੇ ਪਾਸੇ ਤੂੰ ਜਾਣਾ ਕਿ ਵੀਡੀਓ ਵਗੈਰਾ ਬਣਾਉਣੀ ਆ ਇਦਾਂ ਇਦਾਂ ਪੈਸੇ ਜਿਹਨੇ ਦੇਖੋ ਆਪਾਂ ਜੰਮੀ ਹੋਈ ਹੈ ਨਾ ਇਹ ਸਾਰੀ ਗੱਡੀ ਤੇ ਇੱਥੇ ਹੱਥ ਲਾ ਕੇ ਦੇਖ ਇੱਦਾਂ ਬਹੁਤ ਚਲਾਇਆ ਨਿੱਕੇ ਹੁੰਦੇ
ਮੈਨੂੰ ਬੜਾ ਚਾਹ ਹੁੰਦਾ ਜੀ ਜਿਹੜਾ ਸਕੇਟਬੋਰਡ ਨਹੀਂ ਹੁੰਦਾ ਜੀ ਉਹਦਾ ਬੜਾ ਚਾਹ ਹੁੰਦਾ ਜੀ ਉਹ ਕਾਰਟੂਨਾਂ ਵਿੱਚ ਮੈਂ ਦੇਖਦਾ ਹੁੰਦਾ ਸੀ ਮੈਂ ਮੇਰੇ ਕੋਲ ਬਹੁਤ ਸੀ ਇਦਾਂ ਦੇ ਮੈਂ ਬਹੁਤ ਤੋੜੇ ਆ ਮੈਂ ਤਾਂ ਦਵਾਈ ਨਹੀਂ ਕਰਦੇ ਆਣੇ ਮੈਂ ਤੇ ਬਹਿ ਜਾਂਦਾ ਹੀ ਚੌਕੜੀ ਮਾਰ ਕੇ ਦੂਜੇ ਕਹਿੰਦੇ ਧੱਕਾ ਲਾਓ ਕਰਦੇ ਹੁੰਦੇ ਸੀ ਐਵੇਂ ਲੱਤ ਬਾਹ ਤੋੜੂਗਾ ਆਪਦੀ ਹੁਣ ਏਜੰਸੀ ਆਏ ਆ ਉਸ ਚੀਜ਼ ਦੀ ਕੰਪਲੇਂਟ ਕਰਨ ਦੇਖਦੇ ਆ ਕੀ ਕਹਿੰਦੇ ਆ ਕਿਉਂਕਿ ਯਾਰ ਸਾਰੀ ਗੱਡੀ ਦਾ ਰੰਗ ਨਾ ਖਰਾਬ ਹੋਣ ਲੱਗ ਜਾਣਾ ਬਾਅਦ ਚੋਂ ਉਹ ਬਾਹਲੀ ਨਾ ਪੱਤ ਜੰਮੀ ਹੋਈ ਆ ਆਪਾਂ ਧੋ ਵੀ ਦਿੰਦੇ ਆ ਫਿਰ ਵੀ ਅੰਦਰੋਂ ਸਾਫ਼ ਨਹੀਂ ਹੁੰਦੀ ਗੱਡੀ ਮੈਨੂੰ ਪਤਾ ਸੀ ਮੈਂ ਲੇਟ ਹਾਂ ਤਾਂ ਕਰਕੇ 5 ਵਜੇ ਮੈਂ ਆਇਆ ਤਾਂ ਸਵੇਰੇ ਬਾਈ ਕਹਿੰਦੇ ਮੇਰੇ ਕੋਲ ਤੁਸੀਂ ਖੜਾ ਜਾਓ ਗੱਡੀ ਅਤੇ ਸ਼ਾਮ ਨੂੰ ਮੇਰੇ ਤੋਂ 4 ਵਜੇ ਲੈ ਜਾਓ ਅਤੇ ਸਾਰੀ ਆਪਾਂ ਕੰਪਾਊਂਡ ਕਰ ਦਾਂਗੇ ਚਲੋ ਵਧੀਆ ਧਵਾ ਲਈ ਆ ਕੰਪਾਊਂਡ ਇੱਥੋਂ ਹੋ ਜਾਣੀ ਆ ਉੱਦਾਂ ਵੀ ਜ਼ਰੂਰੀ ਸੀਗੀ ਜਾਣ ਕੇ ਨਹੀਂ ਕਰ ਰਹੇ ਅਸੀਂ ਠੀਕ ਆ ਬਾਈ ਨੇ ਚੈੱਕ ਕੀਤਾ ਅਤੇ ਹੁਣ ਆਪਾਂ ਚੱਲ ਕੇ ਚਲਾਉਂਦੇ ਹਾਂ ਪਟਾਕੇ ਮੈਨੂੰ ਪਤਾ ਤੁਹਾਨੂੰ ਬਹੁਤ ਵੇਟ ਸੀ ਅਤੇ ਅੱਜ ਆਪਾਂ ਬੁਕਿੰਗ ਕਰਾਉਣੀ ਸੀ ਬਹੁਤ ਚੀਜ਼ਾਂ ਦੀ ਤੁਹਾਨੂੰ ਦੱਸਿਆ ਹੀ ਆ ਅਤੇ ਟਾਈਮ ਯਾਰ ਸਾਰਾ ਗੱਡੀ ਨੇ ਕੰਜ਼ਿਊਮ ਕਰ ਲਿਆ ਤਾਂ ਕਰਕੇ ਉਹ ਕੱਲ੍ਹ ਨੂੰ ਕਰਵਾਵਾਂਗੇ ਨਾਲੇ ਆਹ ਕੰਮ ਹੋ ਜਾਣਗੇ ਨਾਲੇ ਦੂਜੇ ਕੰਮ ਵੀ ਹੋ ਜਾਣਗੇ ਤਾਂ ਹੁਣ ਚੱਲ ਕੇ ਚਲਾਉਂਦੇ ਹਾਂ ਪਟਾਕੇ ਅੱਜ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਤਾਂ ਕਰਕੇ ਆਪਾਂ ਹੁਣ ਪਟਾਕੇ ਚਲਾਉਣ ਲੱਗੇ ਹਾਂ ਕਿਵੇਂ ਲੱਗੀ ਗੱਡੀ ਮੰਮੀ ਬਹੁਤ ਸੋਹਣੀ ਮੰਮੀ ਨੇ ਰੋਲਾ ਪਾਇਆ ਹੋਇਆ ਸੀਗਾ ਜਾ ਕੇ ਧਵਾ ਧਵਾ ਹੁਣ ਕੱਲ੍ਹ ਨੂੰ ਫੇਰ ਲੈ ਕੇ ਜਾਊਂਗਾ ਇਹ ਮੈਂ ਕੰਪਾਊਂਡ ਕਰਾਉਣ ਹੁਣ ਬਾਈ ਵਲੌਗ ਰੈਗੂਲਰ ਆਉਣਗੇ ਹੁਣ ਕੋਈ ਕੰਜੂਸੀ ਨਹੀਂ ਹੋਣੀ ਕੰਜੂਸੀ ਮਤਲਬ ਵਲੌਗਾਂ 'ਚ ਸਾਡੀ ਪੱਗ ਕਰਕੇ ਸਾਡੀ ਇੱਜ਼ਤ ਬਚੀ ਹੋਈ ਆ ਨਹੀਂ ਤਾਂ ਆਹ ਕੰਮ ਨੇ ਨਾ ਬੇਇੱਜ਼ਤੀ ਕਰਾ ਦੇਣੀ ਸੀ ਹੈਂ ਡੈਡੀ ਦੀ ਪੱਗ ਸਭ ਤੋਂ ਪਹਿਲਾਂ ਆਪਾਂ ਚਲਾਈਏ ਇਹ ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ ਬਾਬਾ ਜੀ ਨੇ ਬਹੁਤ ਕੁਛ ਦਿੱਤਾ ਆਪਾਂ ਨੂੰ ਇਹ ਤਾਂ ਚਲੋ ਕੀ ਹੀ ਆ ਮੋਮਬੱਤੀਆਂ ਲਈਏ ਪਹਿਲਾਂ ਚਲੋ ਮੋਮਬੱਤੀਆਂ ਲਈਏ ਪੰਜ ਵਾਹਿਗੁਰੂ ਚਲੋ ਜੀ ਨਹੀਂ ਨਹੀਂ ਪੁੱਠੇ ਤਾਂ ਨਹੀਂ ਰੱਖ ਇੱਦਾਂ ਦਿਖਾ ਜਿਹਨੇ ਮੇਰਾ ਕੈਮਰਾ ਸੈੱਟ ਹੋਇਆ ਇਹ ਬੰਦ ਹੋ ਗਈ ਕਿੰਨੇ ਸ਼ੋਟ ਸੀਗੇ ਇਹ ਥੋੜ੍ਹੀ ਮੂੰਹ ਆਪ ਕਰਦੇ ਕਿੱਦਾਂ ਨਿਕਲਿਆ ਫਿਰ ਫਿਰ ਕਹਿੰਦਾ ਗਾਲਾਂ ਕੱਢਦਾ ਮੈਨੂੰ ਬਾਬਾ ਜੀ ਦਾ ਜਨਮ ਦਿਨ ਆ ਚਲਾਈਏ ਬਾਲਾ ਘੈਂਟਾ ਨਾ ਇਹ ਬਾਲੀ ਤੇ ਚੱਲੂ ਦੇਖੀ ਚੱਲੋ ਓ ਵਾਹ ਤੇਰੇ ਉਹ ਕਿੰਨਾ ਘੈਂਟ ਸੀ ਓਏ ਹੈਨਾ ਪਹਿਲਾਂ ਇੱਥੇ ਪਟਾਕਾ ਪਿਆ ਫਿਰ ਉੱਪਰ ਜਾ ਕੇ ਸੋਹਣਾ ਬਾਲਾ ਸੀ ਨਾ ਬਾਲਾ ਘੈਂਟ ਐ ਰੰਗ ਬਰੰਗਾ ਕਰਤਾ ਹਰਾ ਕੁਛ ਨੇ ਇੱਥੇ ਰੱਖ ਦਿੰਦੇ ਹਾਂ ਭਾਈ ਚਲੋ ਕਹਿੰਦੇ ਵੀ ਗੱਡੀ ਨੂੰ ਨਾ ਅੱਗ ਲੱਗ ਜਾਵੇ ਸਾਡੀ ਨੂੰ ਗੱਲ ਵੀ ਸਹੀ ਆ ਸਾਰਾ ਕੁਛ ਸੰਭਾਲ ਕੇ ਕਰਨਾ ਚਾਹੀਦਾ ਤੁਸੀਂ ਵੀ ਧਿਆਨ ਰੱਖੋ ਬਾਈ ਆ ਨਿਕਾ ਜਾ ਵਾ ਵੀ ਘੈਂਟ ਆ ਦੇਖੋ ਅੱਗ ਲਾ ਕੇ ਵਿੱਚ ਸੱਟੀ ਜਾਂਦੇ ਆ ਜਾ ਹੁਣ ਪੁੱਠੇ ਪੰਗਲਿਆਂ ਦਾ ਟਾਈਮ ਆ ਚੁੱਕਿਆ ਇਹਨੂੰ ਇੱਥੇ ਰੱਖ ਕੇ ਥੱਲੋਂ ਕਿਵੇਂ ਹੋ ਗਿਆ ਕਹਿੰਦੇ ਉਹ ਥੱਲੋਂ ਜਮ੍ਹਾਂ ਖਰਾਬ ਹੋ ਗਿਆ ਤਾਂ ਵਿੱਚੋਂ ਕਿਵੇਂ ਇਹ ਠੀਕ ਆ ਕਿਵੇਂ ਸੱਟੇਗਾ ਤੂਰੀ ਇੱਦਾਂ ਰੱਖਣਾ ਫਰੀ ਇਹਨੂੰ ਇੱਦਾਂ ਸੱਟੀ ਸਹੀ ਚੱਲੇ ਬਸ ਹੋ ਗਿਆ ਉੱਤੇ
कह रही अज मोटरसाइकिल नहीं लैके आया नहीं तो आपने सलंथर में पा के इन अग लानी है ना अपने फट फट करके सची अग कटदा बहुत ज्यादा उन्हें रख देना ही वो देखो फ्लैश फ्लैश का काम कर दिया पुठी रख दें दे बेचो नहीं नहीं पुठा रख दें दे जो आज बाबा जी जान देना आज पुठी तरह नहीं चलाने सही है ना वहाँ पुठा ही तरीका और बहुत सही है नहीं नहीं यार सीधा जाऊँगा ना देख लो काम इना दे सीधे काम देख लो हम देखो तो वाह तेरे हूँ इना दी वारी है वो कितने गया हमने तंबू ये सड़ता चक उन्हू नवा आइडिया आ गया हूँ ये ना हाँ मेरे थले ना रख दियो थले ना रख के अग ला के और जिनो ऊपर तक फ्लेम हो जाए ਮੇਰੇ ਨੂੰ ਨਾ ਸਾਹਮਣਾ ਚਲੀ ਗਈ ਉਹ ਤੇਰੀ ਦੀ ਓਏ ਓਏ ਆ ਗਈ ਸੀ ਚੱਲੂਗੀ ਕਿ ਨਹੀਂ ਪਤਾ ਨਹੀਂ ਆਪਾਂ ਨੂੰ ਗਵਾਂਢੀ ਚੰਗੇ ਆ ਇਹ ਬਣਾ ਕੇ ਰੱਖਣੀ ਪੈਂਦੀ ਤਾਂ ਹੀ ਬਣਾਣੀ ਸਿੱਖੋ ਗਾਈਸ ਮੈਂ ਕਹਿੰਦਾ ਤੁਹਾਡੇ ਗਵਾਂਢੀ ਨਹੀਂ ਕੁਛ ਕਹਿੰਦੇ ਮੈਂ ਸਾਡੀ ਬਣਦੀ ਆ ਉਹ ਤੇਰੀ ਫੇਰ ਹੀ ਕੰਮ ਹੋ ਗਿਆ ਗਲਤ ਹੋ ਗਿਆ ਉਹ ਤੇਰੀ ਦੀ ਮਾੜਾ ਰਹਿ ਜਾਂਦਾ ਕੰਮ ਥੱਲੇ ਆ ਵੀ ਚਲੀ ਗਈ ਉਹ ਪਾਜੋ ਬਾਈ ਆਪਦਾ ਪਾਜੋ ਓਏ ਜੰਗਲਾਂ ਚ ਨੀ ਅੱਗ ਜੀ ਲੈ ਕੇ ਫਿਰਦੇ ਹੁੰਦੇ ਡੰਡਾ ਜਾ